ਪੰਜਾਬ ਪੁਲਿਸ ਅਕਸਰ ਹੀ ਆਪਣੇ ਕਾਰਨਾਮਿਆਂ ਕਰਕੇ ਜਾਣੀ ਜਾਂਦੀ ਹੈ। ਹੁਣ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਸ਼ਹਿਰਟਾ ਇਲਾਕੇ ਦੀ SHO ਰਾਜਵਿੰਦਰ ਕੌਰ 'ਤੇ ਇਲਜ਼ਾਮ ਲੱਗੇ ਹਨ ਕਿ ਉਸ ਵੱਲੋਂ ਇੱਕ ਨੌਜਵਾਨ ਨੂੰ ਸਿਰਫ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਅਤੇ ਬਾਅਦ ਵਿੱਚ ਉਸ 'ਤੇ ਫਰਜ਼ੀ ਕੇਸ ਪਾ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ, ਜਿੱਥੇ ਉਕਤ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ SHO ਵੱਲੋਂ ਸਿਰਫ ਉਹਨਾਂ ਦੇ ਲੜਕੇ ਨੂੰ, ਜਿਸ ਦਾ ਨਾਂ ਜਸਵੀਰ ਸਿੰਘ ਹੈ, ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਲੇਕਿਨ ਰਾਜਵਿੰਦਰ ਕੌਰ ਵੱਲੋਂ ਉਸ ਉੱਤੇ ਝੂਠਾ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ, ਜਿੱਥੇ ਅੱਜ ਉਹਨਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦੇ ਬੱਚੇ ਦੀ ਤਬੀਅਤ ਇਕਦਮ ਖਰਾਬ ਹੋ ਗਈ ਹੈ ਅਤੇ ਜਦੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਉਹ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ, ਜਿੱਥੇ ਉਹਨਾਂ ਨੂੰ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਵੀ ਵੇਖਣ ਨੂੰ ਨਹੀਂ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿੱਚ ਜਮ੍ਹਾਂ ਕਰਵਾ ਕੇ ਉਹ ਵਾਪਸ ਚਲੇ ਗਏ ਅਤੇ ਅਜੇ ਤੱਕ ਉੱਥੇ ਕੋਈ ਵੀ ਨਹੀਂ ਪਹੁੰਚਿਆ। ਉਹਨਾਂ ਨੇ ਆਪਣੇ ਬੱਚੇ ਦੀ ਮੌਤ ਦਾ ਕਾਰਨ SHO ਰਾਜਵਿੰਦਰ ਕੌਰ ਨੂੰ ਦੱਸਿਆ ਹੈ। ਉਹਨਾਂ ਨੇ ਕਿਹਾ ਕਿ SHO ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਮਸਲਾ ਆ, ਰਾਜਵਿੰਦਰ ਇੰਸਪੈਕਟਰ ਲੱਗੇ ਜੀ ਉੱਥੇ ਛਾੜੇ, ਉਹ ਆਈ ਸਾਡੇ ਕੋਲ ਗੇੜੇ ਮਾਰਦੀ, ਮੁੰਡਾ ਪੇਸ਼ ਕਰੋ। ਮੈਂ ਮੁੰਡਾ ਉਹਨੂੰ ਮਿਲਾ ਤਾ ਲੈ ਗਿਆ ਥਾਣੇ, ਇਹਨੇ ਮੁੰਡੇ ਦੇ ਕਲੰਦਰਾ 110 ਦਾ ਪਾ ਕੇ ਦੇ ਨੇ ਜੇਲ੍ਹ 'ਚ ਘਲਤਾ 14 ਤਰੀਕ ਨੂੰ। 14 ਤਰੀਕ ਨੂੰ ਘਲਤਾ ਇਹਨੇ ਜੇਲ੍ਹ 'ਚ, ਮੁੰਡਾ ਅੱਜ ਮੇਰਾ ਮਰ ਗਿਆ ਨਾ, ਰਾਤ ਦਾ ਹੀ ਮਾਰ ਕੇ ਇੱਥੇ ਸੁੱਟ ਗਏ ਅੱਜ। ਮਸਲਾ 14 ਤਰੀਕ ਨੂੰ ਖੜਿਆ ਇਹਨਾਂ ਘਰੋਂ, ਮੈਂ ਆਪ ਛੱਡ ਕੇ ਆਇਆ। ਅੱਜ ਅਸੀਂ ਤੇ ਲੈ ਗਏ ਨੀ, ਮੁਲਾਜ਼ਮੀ ਇੱਥੇ ਸੁੱਟ ਗਏ ਨੇ, ਮਰੇ ਨੂੰ ਜੇਲੋਂ ਲਿਆ ਕੇ, ਮਰੇ ਨੂੰ ਸੁੱਟ ਕੇ। ਹਾਂਜੀ, ਫੋਨ ਆਇਆ ਜੇਲੋਂ ਤੁਹਾਡਾ ਮੁੰਡਾ ਖਤਮ ਜੇ, ਮੁਲਾਜ਼ਮ ਸੁੱਟ ਗਏ, ਭੱਜ ਗਏ, ਸਾਨੂੰ ਲੱਭੇ ਨੀ ਕਿਹੜੇ ਮੁਲਾਜ਼ਮ ਆ, ਸਾਨੂੰ ਤੇ ਪਤਾ ਨੀ ਕਿਹੜੇ ਆ, ਮੁੰਡਾ ਸੁੱਟ ਕੇ ਭੱਜ ਗਏ ਉੱਤੇ। ਅਸੀਂ ਰਾਜਵਿੰਦਰ ਤੇ ਪਰਚਾ ਹੋਣਾ ਚਾਹੀਦਾ, ਸਾਡਾ ਨਜਾਇਜ਼ ਮੁੰਡਾ ਮਾਰਿਆ, ਕੁਝ ਫੜਿਆ ਨੀ, ਫੜਾਇਆ ਨੀ ਆ। ਬੇਟੇ ਨੂੰ ਇਹਨਾਂ ਮਾਰਤਾ ਜੇ, ਮਾਰ ਕੇ ਸਾਨੂੰ ਸੁੱਟ ਕੇ ਆ, ਮੁੜ ਕੇ ਫੋਨ ਕੀਤਾ ਇਹਨਾਂ ਨੇ ਵੀ ਤੁਹਾਡਾ ਮੁੰਡਾ ਅਸੀਂ ਹਸਪਤਾਲ ਲਿਆਂਦਾ ਹੈ। ਸਾਡੇ ਘਰ ਗੇੜੇ ਮਾਰਦੇ ਸੀ ਮੁਲਾਜ਼ਮ, ਕਹਿੰਦੇ ਮੁੰਡਾ ਪੇਸ਼ ਕਰਾਓ ਛਿਆਡੇ ਥਾਣੇ ਦੇ, ਕਹਿੰਦੇ ਅਸੀਂ ਵੀ ਮੁੰਡਾ ਪੇਸ਼ ਕਰਾਓ, ਅਸੀਂ ਪੇਸ਼ ਕਰਾਤਾ, ਇਹਦਾ ਪਿਓ ਛੱਡਣ ਗਿਆ, ਕਹਿੰਦੀ ਵੀ ਮੱਥੇ ਲਵਾ ਕੇ ਤੁਹਾਨੂੰ ਛੱਡ ਦੇਣਾ ਹੈ। ਇਹਨਾਂ ਪੜ੍ਹ ਕੇ ਪਰਚਾ ਦੇ ਤਾ, ਪਰਚਾ ਦੇ ਕੇ ਕਲੰਦਰਾ ਪਾ ਤਾ, ਸਾਰੇ ਮੁੰਡੇ ਜਿਹੜੇ ਇਹਨਾਂ ਨਾਲ ਸੀ ਫੜੇ, ਉਹਨਾਂ ਦੀਆਂ ਜ਼ਮਾਨਤਾਂ ਹੋ ਗਈਆਂ। ਸਾਡੇ ਮੁੰਡੇ ਦੇ ਪਤਾ ਨਹੀਂ ਕੀ ਲਿਖਤਾ, ਉਹ ਜ਼ਮਾਨਤ ਨਹੀਂ ਹੋਈ, ਅੱਜ ਜਮਾਤ ਹੀ ਜੱਜ ਵੀਰ। ਹਾਂਜੀ, ਹਾਂ ਫੋਨ ਆਇਆ ਸੀ ਜੇ ਕਿਸੇ ਮੁੰਡੇ ਨੇ ਕੀਤਾ ਸੀ, ਕਹਿੰਦੇ ਵੀ ਤੁਹਾਡਾ ਜੱਜ ਮੁੱਕ ਗਿਆ ਜੇ, ਉਹ ਛੱਡਣ ਗਏ ਜੀ ਉੱਥੇ। ਉਧਰ ਪੁਲਿਸ ਨੇ ਇਸ ਮਾਮਲੇ ਸੰਬੰਧੀ ਦੱਸਿਆ ਕਿ ਜੇਲ੍ਹ ਵਿੱਚ ਇੱਕ ਕੈਦੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਅਤੇ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।